ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੂਜੀ ਵਾਰੀ ਤੁਹਾਡੇ ਪਿੰਡ ਵਿੱਚ ਆਉਣ ਦਾ ਮੌਕਾ ਮਿਲਿਆ ਹੈ ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਹੋ ਰਹੀ ਹੈ। ਖੁਸ਼ੀ ਇਸ ਕਰਕੇ ਵੀ ਕਿਉਂਕਿ 10 ਸਾਲ ਪਹਿਲੇ ਚਲਾਈ ਹੋਈ ਇੱਕ ਮੁਹਿੰਮ, ਜਿਹੜੇ ਮੇਰੇ ਦਿਲ ਦੇ ਬਹੁਤ ਕਰੀਬ, ਨੰਨੀ ਛਾਂ ਦੀ ਮੁਹਿੰਮ, ਅੱਜ ਤੁਸੀਂ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੇ ਤੇ ਕੁਝ ਸਮੇਂ ਪਹਿਲੇ ਇੱਥੋਂ ਚਲਾਏ ਹੋਏ ਸਿਲਾਈ ਸੈਂਟਰ ਅੱਜ ਮੇਰਾ ਖਿਆਲ ਇਹ 6ਵਾਂ ਜਾਂ 7ਵਾਂ ਬੈਚ ਹੈਗਾ ਜਿੱਥੇ ਮੇਰੀ ਭੈਣਾਂ ਨੇ ਸਿਖਲਾਈ ਲੈ ਕੇ ਅੱਜ ਇਹਨਾਂ ਨੂੰ ਮੈਂ ਮਸ਼ੀਨਾਂ ਵੰਡ ਰਹੀ ਹਾਂ। 10 ਸਾਲ ਪਹਿਲੇ ਜਦ ਇਹ ਮੁਹਿੰਮ ਚਲਾਈ ਸੀ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਖੁਦ ਦੀ ਵੀ 2 ਬੱਚੀਆਂ ਹਨ ਤੇ ਬੱਚੀਆਂ ਹੋਣ ਦੇ ਨਾਲ ਜਿਹੋ ਜਿਹਾ ਸਮਾਜ ਤੇ ਮਾਹੌਲ ਪੁਰਾਣੇ ਸਮੇਂ 'ਚ ਹੁੰਦਾ ਸੀ ਕੁਛ ਬਹੁਤ ਅੱਜ ਹੁਣ ਵੀ ਹੈਗਾ। ਮੇਰੀ ਭੈਣਾਂ ਇਹਦੇ ਨਾਲ ਚੰਗੀ ਤਰ੍ਹਾਂ ਜਾਣ ਰੱਖਦੀ ਹੋਣਗੀ ਕਿ ਘਰ 'ਚ ਜਦ ਧੀ ਜੰਮਦੀ ਹੈ ਤੇ ਜਦ ਪੁੱਤ ਜੰਮਦਾ ਹੈ ਤੇ ਫਰਕ ਤਾਂ ਘਰ 'ਚ ਮਾਹੌਲ 'ਚ ਬਹੁਤ ਹੁੰਦਾ ਹੈ। ਤਾਂ ਮੇਰੀ ਜਦ 2 ਬੱਚੀਆਂ ਹੋਈਆਂ ਤੇ ਇਸ ਮਾਹੌਲ ਦੇ ਫਰਕ ਦਾ ਫਰਕ ਨੂੰ ਮਿਟਾਉਣ ਵਾਸਤੇ, ਕਿਉਂਕਿ ਸਾਡੇ ਗੁਰੂ ਸਾਹਿਬਾਂ ਨੇ ਜਦ ਧੀ ਦੇ ਪੁੱਤ ਵਿੱਚ ਕੋਈ ਫਰਕ ਨਹੀਂ ਕੀਤਾ, ਬੀਬੀ ਤੇ ਬੰਦੇ ਵਿੱਚ ਕੋਈ ਫਰਕ ਨਹੀਂ ਕੀਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਕਹਿ ਕੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਔਰਤਾਂ ਨੂੰ ਸਤਿਕਾਰਨ ਦਾ ਕੰਮ ਕੀਤਾ। ਤੇ ਮੈਂ ਫਿਰ ਸਮਝਿਆ ਕਿ ਜਿਸ ਸੂਬੇ ਵਿੱਚ ਸਭ ਤੋਂ ਵੱਧ ਧੀਆਂ ਦੀ ਭਰੂਣ ਹੱਤਿਆ ਕੀਤੀ ਜਾਂਦੀ ਹੈ, ਜਿਸ ਸੂਬੇ ਨੂੰ ਕੁੜੀ ਮਾਰ ਕਿਹਾ ਜਾਂਦਾ ਹੈ, ਜਿਸ ਸੂਬੇ ਵਿੱਚ ਧੀਆਂ ਦੀ ਗਿਣਤੀ ਪੂਰੇ ਹਿੰਦੁਸਤਾਨ ਵਿੱਚ ਸਭ ਤੋਂ ਘੱਟ ਹੈ, ਕੁਛ ਨਾ ਕੁਛ ਹਮਲਾ ਮਾਰਨ ਦੀ ਲੋੜ ਹੈ ਕਿ ਗੁਰੂ ਸਾਹਿਬਾਂ ਦੀ ਸੋਚ ਦੇ ਨਾਲ ਲੋਕਾਂ ਨੂੰ ਜੋੜਨ ਵਾਸਤੇ ਕੁਛ ਉਪਰਾਲੇ ਕਰਨ ਦੀ ਜੋੜ ਹੈ, ਜਿਹਦੇ ਕਰਕੇ ਨੰਨੀ ਛਾਂ ਦੀ ਮੁਹਿੰਮ ਸ਼ੁਰੂ ਕੀਤੀ। ਤੇ ਅੱਜ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀ ਹਾਂ ਕਿ ਪੰਜਾਬ ਭਰ ਦੇ ਲੋਕਾਂ ਨੇ ਇਸ ਮੁਹਿੰਮ ਨੂੰ ਹੁੰਗਾਰਾ ਦਿੱਤਾ ਤੇ ਪਿਛਲੇ ਸਮੇਂ ਵਿੱਚ ਆਪਾਂ ਦੇਖਿਆ ਹੈ ਕਿ ਜਦ ਦੁਬਾਰਾ ਗਿਣਤੀ ਹੋਈ ਹੈ ਦੇਸ਼ ਭਰ 'ਚ ਹਰ 10 ਸਾਲਾਂ ਦੇ ਬਾਅਦ ਹੁੰਦੀ ਹੈ ਤੇ ਸਾਡੇ ਸੂਬੇ ਦੀ ਗਿਣਤੀ ਵਿੱਚ ਬਹੁਤ ਵੱਡਾ ਸੁਧਾਰ ਆਇਆ ਹੈ ਤੇ ਅਸੀਂ ਕਈ ਸੂਬਿਆਂ ਨੂੰ ਹੁਣ ਪਿੱਛੇ ਛੱਡਤਾ ਹੈ। ਤੇ ਸਭ ਤੋਂ ਵੱਡਾ ਸੁਧਾਰ ਮੈਨੂੰ ਆਪਣੀ ਇਸ ਗੱਲ ਦੀ ਖੁਸ਼ੀ ਕਿ ਜਿੱਥੇ ਪਿੰਡ ਪਿੰਡ ਵਿੱਚ ਜਾ ਕੇ ਆਪਣੇ ਇਲਾਕੇ ਬਠਿੰਡੇ ਪਾਰਲੀਮੈਂਟਰੀ ਹਲਕੇ ਵਿੱਚ ਮੈਂ ਪ੍ਰਚਾਰ ਕੀਤਾ, ਸਭ ਤੋਂ ਵਧੀਆ ਸੁਧਾਰ ਉਸ ਇਲਾਕੇ ਵਿੱਚ, ਪੂਰੇ ਪੰਜਾਬ ਦੇ ਇਲਾਕਿਆਂ ਵਿੱਚੋਂ ਵੀ ਸਭ ਤੋਂ ਵਧੀਆ ਸੁਧਾਰ ਮੇਰੇ ਹਲਕੇ ਵਿੱਚ ਆਇਆ। ਤੇ ਪਿਛਲੇ ਸਾਲ ਜਦ ਪਾਰਲੀਮੈਂਟ 'ਚ ਸਵਾਲ ਪੁੱਛਿਆ ਗਿਆ ਕਿ ਸਾਰੇ ਦੇਸ਼ ਦੇ ਜ਼ਿਲ੍ਹਿਆਂ ਵਿੱਚੋਂ ਉਹ ਕਿਹੜੇ ਜ਼ਿਲ੍ਹੇ ਨੇ ਜਿਹਦੇ ਵਿੱਚ ਧੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਡਾ ਸੁਧਾਰ ਆਇਆ, ਤੇ 10 ਜ਼ਿਲ੍ਹਿਆਂ ਵਿੱਚੋਂ 6ਵੇਂ ਨੰਬਰ 'ਚ ਮੇਰਾ ਮਾਨਸਾ ਜ਼ਿਲ੍ਹਾ, ਜਿਹੜਾ 10 ਸਾਲ ਪਹਿਲੇ ਇੰਨਾ ਪਿਛੜਿਆ ਕਿਹਾ ਜਾਂਦਾ ਸੀ, ਜਿੱਥੇ ਬਹੁਤ ਘੱਟ ਗਿਣਤੀ ਸੀ, ਉਸ ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਸੁਧਾਰ ਧੀਆਂ ਦੀ ਗਿਣਤੀ ਵਿੱਚ ਹੋਇਆ ਸੀ, ਲੇਕਿਨ ਪੂਰੇ ਪੰਜਾਬ ਵਿੱਚ ਬਹੁਤ ਵੱਡਾ ਸੁਧਾਰ ਆਇਆ। ਸੋ ਇੱਥੇ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਾਨਾ ਕਰਦੀ ਹਾਂ। ਮੈਂ ਆਹ ਸੋਚਿਆ ਕਿ ਜਿੱਥੇ ਮੇਰੀ ਭੈਣਾਂ ਨੇ ਬਹੁਤ ਵੱਡਾ ਆਸ਼ੀਰਵਾਦ ਇਸ ਨਿਮਾਨੇ ਨੂੰ ਦਿੱਤਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ 10 ਸਾਲ ਪਹਿਲਾਂ ਤਾਂ ਮੈਂ ਵੀ ਤੁਹਾਡੀ ਤਰ੍ਹਾਂ ਇੱਕ ਘਰੇਲੂ ਬੀਵੀ ਤੇ ਇੱਕ ਮਾਂ ਸੀਗੀ, ਜਿੱਥੇ ਬੱਚੇ ਸਾਂਭਦੀ ਸੀ ਤੇ ਘਰ ਸਾਂਭਦੀ ਸੀ, ਲੇਕਿਨ ਤੁਹਾਡੇ ਸਾਰਿਆਂ ਨੇ ਦੇ ਆਸ਼ੀਰਵਾਦ ਸਦਕਾ ਜਿੱਥੇ ਫਰਸ਼ ਤੋਂ ਚੱਕ ਕੇ ਅਰਸ਼ਾਂ ਤਾਈਂ ਪਹੁੰਚਾਤਾ, ਮਾਲਿਕ ਨੇ ਬੇਅੰਤ ਰਹਿਮਤਾਂ ਕੀਤੀਆਂ, ਸਰਕਾਰ ਵਿੱਚ, ਦੇਸ਼ ਦੀ ਸਰਕਾਰ ਵਿੱਚ ਅਹੁਦੇ ਬਖਸ਼ੇ, ਤੇ ਮੇਰੇ ਮਨ 'ਚ ਵੀ ਇੱਛਾ ਜਾਗੀ ਕਿ ਜਿੱਥੇ ਬੀਬੀਆਂ ਨੇ ਮੇਰਾ ਇੰਨਾ ਸਤਿਕਾਰ ਕੀਤਾ, ਅੱਜ ਮੇਰਾ ਵੀ ਫਰਜ਼ ਬਣਦਾ ਹੈ ਕਿ ਸਿਆਸੀ ਡਿਊਟੀਆਂ ਕਰਦੇ ਹੋਏ ਕਿ ਸਮਾਜਿਕ ਡਿਊਟੀਆਂ ਵੱਲ ਵੀ ਧਿਆਨ ਦਿੱਤਾ ਜਾਏ, ਕਿ ਮੈਂ ਵੀ ਆਪਣੇ ਵੱਲੋਂ ਕੁਛ ਕਰਾਂ, ਜਿਹਦੇ ਕਰਕੇ ਪਿਛਲੇ 10 ਸਾਲਾਂ 'ਚ ਤਕਰੀਬਨ 225 ਸਿਲਾਈ ਸੈਂਟਰ, 225 ਤੋਂ ਵੀ ਜ਼ਿਆਦਾ, ਤਕਰੀਬਨ 200 ਸਿਲਾਈ ਸੈਂਟਰ ਆਪਣੇ ਇਲਾਕੇ ਵਿੱਚ ਤੇ ਕੁਛ ਤੁਹਾਡੇ ਇਲਾਕੇ ਵਿੱਚ ਵੀ ਖੋਲ੍ਹੇ, ਜਿੱਥੇ ਤਕਰੀਬਨ 12,000 ਧੀਆਂ ਨੂੰ ਸਿਖਲਾਈ ਦੇ ਕੇ, ਮਸ਼ੀਨਾਂ ਦੇ ਕੇ ਅੱਜ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਹੈ। ਤੁਹਾਡੇ ਆਪਣੇ ਇਸ ਜਲਾਲਾਬਾਦ ਹਲਕੇ ਵਿੱਚ ਵੀ ਤਕਰੀਬਨ 1,000 ਧੀਆਂ ਨੂੰ ਇਹ ਸਿਖਲਾਈ ਦੇ ਕੇ ਉਹਨਾਂ ਨੂੰ ਵੀ ਆਪਣੇ ਪੈਰਾਂ 'ਚ ਖੜਾ ਕਰਨ ਦਾ ਇਹ ਮੈਂ ਕੋਸ਼ਿਸ਼ ਕੀਤੀ ਹੈ।
ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆਉਂਦੀ ਹੈ ਜਦੋਂ ਵੀ ਮੈਂ ਦੇਖਦੀ ਹਾਂ ਕਿ ਨੰਨੀ ਛਾਂ ਦਾ ਬੀਜਿਆ ਹੋਇਆ ਆ ਬੂਟਾ ਹੁਣ ਘਰ ਘਰ ਤਾਈਂ ਆਪਣੀ ਮਹਿਕ ਲੈ ਕੇ ਜਾ ਰਿਹਾ ਤੇ ਸਾਡੀ ਆਪਣੀ ਧੀਆਂ ਆਪਣੇ ਪੈਰਾਂ ਤੇ ਖੜੇ ਹੋ ਕੇ ਕਮਾਊ ਬਣ ਰਹੀਆਂ ਨੇ ਤੇ ਮੈਨੂੰ ਇਸ ਗੱਲ ਦੀ ਬੇਅੰਤ ਖੁਸ਼ੀ ਹੁੰਦੀ ਹੈ। ਤੇ ਇਹਨਾਂ ਬੱਚੀਆਂ ਜਿਹੜੀ ਇੱਥੇ ਆਈਆਂ ਨੇ ਤੁਹਾਡੇ ਤੋਂ ਵੀ ਮੈਂ ਪੁੱਛਣਾ ਚਾਹੁੰਦੀ, ਹੱਥ ਖੜੇ ਕਰੋ ਕਿ ਤੁਹਾਡੇ ਵਿੱਚੋਂ ਕੋਈ ਕਮਾਉਣ ਲੱਗ ਗਿਆ ਹੈਗਾ, ਦੋ ਪੈਸੇ ਕਮਾਉਂਦੇ ਹੋ ਕਿ ਇਕੱਲੇ ਆਪਣੇ ਹੀ ਪਰਿਵਾਰ ਦੇ ਹੀ ਕੱਪੜੇ ਸਿਲਦੇ ਹੋ? ਹੱਥ ਖੜੇ ਕਰਕੇ ਦੱਸੋ। ਸ਼ਾਬਾਸ਼, ਤੇ ਇੱਕ ਤਾਂ ਇਹਨਾਂ ਵਾਸਤੇ ਜ਼ੋਰਦਾਰ ਤਾਲੀਆਂ। ਮੇਰਾ ਫਿਰ ਜਦ ਤੁਸੀਂ ਆਪਣੇ ਦੋ ਪੈਸੇ ਕਮਾਉਂਦੇ ਹੋ ਤੁਹਾਡੇ ਵਿੱਚ ਕੋਈ ਬਹੁਤ ਚੰਗੀ ਜੀ ਫੀਲਿੰਗ ਆਉਂਦੀ ਹੈ, ਉਹ ਤੁਹਾਡਾ ਆਤਮ ਨਿਰਭਰ ਹੋ ਕੇ ਤੁਹਾਡਾ ਜਿਹੜਾ ਆਤਮ ਸਨਮਾਨ ਹੈ, ਤੁਹਾਡੀ ਜਿਹੜੀ ਸੈਲਫ ਕੌਨਫੀਡੈਂਸ ਹੈ, ਉਹਦੇ ਵਿੱਚ ਤੁਹਾਨੂੰ ਚੰਗੀ ਫੀਲਿੰਗ ਆਉਂਦੀ ਹੈ ਕਿ ਨਹੀਂ ਆਉਂਦੀ? ਆਉਂਦੀ ਹੈ ਨਾ, ਜਦ ਦੋ ਪੈਸੇ ਬੰਦਾ ਖੁਦ ਦਾ ਕਮਾਉਂਦਾ ਹੈ ਤਾਂ ਕੋਈ ਹੋਰ ਹੀ ਫੀਲਿੰਗ ਹੁੰਦੀ ਹੈ। ਤੇ ਇਸ ਗੱਲ ਤੋਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹਨਾਂ ਦਾ ਆਪਣਾ ਆਤਮ ਸਨਮਾਨ, ਆਪਣਾ ਸੈਲਫ ਕੌਨਫੀਡੈਂਸ ਵੀ ਵੱਧਦਾ ਹੈ। ਤੇ ਜਦ ਦੋ ਪੈਸੇ ਤੁਸੀਂ ਕਮਾ ਕੇ ਆਪਣੇ ਪਰਿਵਾਰ 'ਚ ਯੋਗਦਾਨ ਪਾਉਣ ਲੱਗ ਜਾਓ ਤਾਂ ਪਰਿਵਾਰ ਵੀ ਤੁਹਾਨੂੰ ਇੱਕ ਦੂਜੇ ਹੀ ਨਜ਼ਰੀਏ ਦੇ ਨਾਲ ਦੇਖਦਾ ਹੈ ਤੇ ਸਮਾਜ ਵੀ ਤੁਹਾਨੂੰ ਹੌਲੀ ਹੌਲੀ ਦੂਜੇ ਨਜ਼ਰੀਏ ਨਾਲ ਦੇਖਣ ਲੱਗ ਜੂਗਾ। ਤੇ ਨਿਸ਼ਾਨਾ ਆਹੀ ਸੀ ਕਿ ਤਾਰ ਵੱਧਦੇ ਹੋਏ ਅਤਿਆਚਾਰ ਦੇ ਕਾਰਨ ਮਾਹੌਲ ਇਹੋ ਜਿਹਾ ਵਿਗੜ ਰਿਹਾ ਕਿ ਇਹਦੇ ਵਿੱਚ ਆਪਾਂ ਸੁਧਾਰ ਕਰੀਏ। ਸੋ ਮੈਨੂੰ ਬਹੁਤ ਖੁਸ਼ੀ, ਮੈਂ ਉਮੀਦ ਕਰਦੀ ਹਾਂ ਬਾਕੀ ਸਾਰੀ ਭੈਣਾਂ ਵੀ ਤੁਸੀਂ ਵੀ ਕੁਛ ਨਾ ਕੁਛ ਜ਼ਰੂਰ ਕਮਾਊ ਬਣੋ ਤੇ ਆਪਣੇ ਪਰਿਵਾਰ ਦੇ ਵੱਲ ਤੁਸੀਂ ਵੀ ਯੋਗਦਾਨ ਪਾਓ, ਜਿਹਦੇ ਨਾਲ ਸਾਡੇ ਸਾਰਿਆਂ ਦਾ ਸਤਿਕਾਰ ਵਧੂਗਾ। ਅੱਜ ਮੈਂ ਤੁਹਾਨੂੰ ਆਹ ਵੀ ਬੇਨਤੀ ਕਰਦੀ ਹਾਂ, ਤੁਸੀਂ ਸਾਰੇ ਇੱਥੇ ਆਏ ਹੋ ਕਿ ਨੰਨੀ ਛਾਂ ਦੀ ਮੁਹਿੰਮ ਨੂੰ, ਇਹਦੀ ਸੋਚ ਨੂੰ ਆਪਣੇ ਘਰ ਘਰ ਤਾਈਂ ਲੈ ਕੇ ਜਾਓ। ਧੀ ਦੇ ਪੁੱਤ ਵਿੱਚ ਫਰਕ ਕਰਨਾ ਇਹ ਸਾਡੇ ਆਪਣੇ ਫੈਸਲੇ ਹੁੰਦੇ, ਜੇ ਤੁਸੀਂ ਪ੍ਰਣ ਕਰ ਲਓ ਕਿ ਅਸੀਂ ਧੀ ਦੇ ਪੁੱਤ ਵਿੱਚ ਫਰਕ ਨਹੀਂ ਕਰਾਂਗੇ, ਕਿਉਂਕਿ ਗੁਰੂ ਸਾਹਿਬ ਨੇ ਜਦ ਸਾਡੇ ਵਿੱਚ ਫਰਕ ਨਹੀਂ ਕੀਤਾ ਫਿਰ ਅਸੀਂ ਕਿਉਂ ਆਪਣੇ ਘਰ ਵਿੱਚ ਆਪਣੇ ਬੱਚਿਆਂ ਦੇ ਵਿੱਚ ਫਰਕ ਕਰਦੇ ਹਾਂ? ਬਰਾਬਰ ਦਾ ਪਿਆਰ, ਬਰਾਬਰ ਦਾ ਸਨਮਾਨ, ਬਰਾਬਰ ਦੇ ਮੌਕੇ ਉਹਨਾਂ ਨੂੰ ਅੱਗੇ ਵਧਣ ਵਾਸਤੇ ਜੇ ਆਪਾਂ ਦਈਏ ਤੇ ਬਹੁਤ ਸਾਰਾ ਸੁਧਾਰ ਧੀਆਂ ਪ੍ਰਤੀ ਸਮਾਜ ਵਿੱਚ ਆਊਗਾ। ਤੇ ਦੂਜੀ ਗੱਲ ਕਿ ਜਿਹੋ ਜਿਹੀ ਕੁਰੀਤੀਆਂ ਸਮਾਜ ਵਿੱਚ ਅਸੀਂ ਪੈਦਾ ਕਰ ਦਿੱਤੀਆਂ ਨੇ ਜਿਹਦੇ ਕਰਕੇ ਔਰਤਾਂ ਦਾ ਸਤਿਕਾਰ ਘਟਦਾ ਹੈ, ਜਿਹੋ ਜਿਹੀ ਰਸਮਾਂ ਅਸੀਂ ਪੈਦਾ ਕਰ ਦਿੱਤੀਆਂ ਨੇ, ਇਹਨਾਂ ਰਸਮਾਂ ਨੂੰ ਖਤਮ ਕਰਨ ਵਾਸਤੇ ਵੀ ਅਸੀਂ ਹਮਲਾ ਮਾਰੀਏ। ਮੈਂ ਇਸ਼ਾਰਾ ਕਰ ਰਹੀ ਹਾਂ ਦਾਜ ਵਰਗੀ ਰਸਮ ਵੱਲ, ਜਿਸ ਦਾਜ ਦੇ ਕਾਰਨ ਧੀਆਂ ਨੂੰ ਦਾਜ ਦਾ ਬੋਝ ਸਮਝ ਕੇ ਭਰੂਣ ਹੱਤਿਆ ਕੀਤੀ ਜਾਂਦੀ ਹੈ, ਜਿਸ ਦਾਜ ਦੇ ਕਾਰਨ ਸਾਡੀ ਧੀਆਂ ਨੂੰ ਮਾਰਿਆ ਕੁੱਟਿਆ ਤੰਗ ਕੀਤਾ ਜਾਂਦਾ ਹੈ, ਜਿਸ ਦਾਜ ਦੇ ਕਾਰਨ ਧੀਆਂ ਨੂੰ ਦਾਜ ਦੀ ਬਲੀ ਚੜਾ ਕੇ ਉਹਨਾਂ ਦੀ ਹੱਤਿਆ ਵੀ ਕੀਤੀ ਜਾਂਦੀ ਹੈ, ਕਿਉਂ ਇਸ ਦਾਜ ਨੂੰ ਅਸੀਂ ਇਸ ਰਸਮ ਨੂੰ ਖਤਮ ਕਿਉਂ ਨਹੀਂ ਕਰਦੇ? ਕਿਉਂਕਿ ਇਸ ਦਾਜ ਵਰਗੀ ਰਸਮ ਨੂੰ ਤਾਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਨਕਾਰਿਆ ਹੈ, ਗੁਰੂ ਸਾਹਿਬਾਂ ਨੇ ਵੀ ਕਿਹਾ ਹੈ, ਹੋਰ ਮਨਮੁਖ ਦਾਜੇ ਜੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕਛ ਪਾਜੋ। ਗੁਰੂ ਸਾਹਿਬ ਫਰਮਾਉਂਦੇ ਨੇ ਇਹ ਦਿਖਾਵਾ ਰੂਪੀ ਜਿਹੜਾ ਦਾਜ ਹੈਗਾ ਇਹ ਤਾਂ ਕੂੜੇ ਦੇ ਬਰਾਬਰ ਹੈ, ਤੇ ਇਹਨਾਂ ਨੂੰ ਕਰਨ ਵਾਲੇ ਲੋਕੀ ਇਹ ਮਨਮੁਖੀ ਅਹੰਕਾਰੀ ਨੇ। ਸੋ ਕਿਉਂ ਨਾ ਜੇ ਦਾਜ ਮੰਗੀਏ ਤੇ ਇਹੋ ਜਿਹੀ ਧੀ ਮੰਗੀਏ ਜਿਹੜੇ ਗੁਰੂ ਦਾ ਨਾਮ ਸਿਮਰਨ ਕਰਦੀ ਹੈ, ਜਿਹੜੀ ਸੇਵਾ ਕਰਦੀ ਹੈ, ਇਹੋ ਜਿਹੀ ਦਾਜ ਦੀ ਮੰਗ ਕਰੀਏ, ਨਾ ਕਿ ਇਹ ਦੁਨਿਆਵੀ ਚੀਜ਼ਾਂ ਦੀ ਦਾਜ ਦੀ ਮੰਗ ਜਿਹਦੇ ਨਾਲ ਸਮਾਜ ਦਾ ਵੀ ਨੁਕਸਾਨ ਹੁੰਦਾ ਤੇ ਗੁਰੂ ਦੀ ਵੀ ਖੁਸ਼ੀ ਨਹੀਂ ਮਿਲਦੀ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗੀ ਕਿ ਇਸ ਦਾਜ ਦੀ ਰਸਮ ਨੂੰ ਖਤਮ ਕਰਨ ਵਾਸਤੇ ਆਪਣੇ ਘਰੋਂ ਸ਼ੁਰੂਆਤ ਕਰੋ। ਜਦੋਂ ਵੀ ਤੁਹਾਡੇ ਪੁੱਤ ਦਾ ਤੁਹਾਡੇ ਭਰਾ ਦਾ ਵਿਆਹ ਹੁੰਦਾ ਹੈ, ਤੁਸੀਂ ਆਹ ਪ੍ਰਣ ਕਰੋ ਕਿ ਅਸੀਂ ਬਿਨਾਂ ਦਾਜ ਲਏ ਵਿਆਹ ਕਰਾਂਗੇ। ਤੇ ਤੁਸੀਂ ਆਪਣੇ ਪੁੱਤਾਂ ਦੇ ਭਰਾਵਾਂ ਦੇ ਵਿਆਹ 'ਚ ਦਾਜ, ਤੁਹਾਡੇ ਪਰਿਵਾਰ 'ਚ ਕਿਸੇ ਮੁੰਡੇ ਦੇ ਵਿਆਹ 'ਚ ਦਾਜ ਦੀ ਮੰਗ ਹੀ ਨਹੀਂ ਹੋਊਗੀ, ਫਿਰ ਕਿਸੇ ਧੀ ਦੇ ਮਾਂ ਪੁੱਤ ਕਿਸੇ ਧੀ ਦੇ ਮਾਪਿਆਂ ਨੂੰ ਦਾਜ ਦਾ ਬੋਝ ਸਮਝ ਕੇ ਧੀਆਂ ਨੂੰ ਬੋਝ ਨਹੀਂ ਸਮਝਿਆ ਜਾਊਗਾ, ਨਾ ਉਹਨਾਂ ਨੂੰ ਦਾਜ ਦੇਣਾ ਪਊਗਾ, ਤਾਂ ਨਾ ਹੀ ਧੀਆਂ ਨੂੰ ਦਾਜ ਦਾ ਬੋਝ ਸਮਝਿਆ ਜਾਊਗਾ, ਨਾ ਹੀ ਭਰੂਣ ਹੱਤਿਆ ਕੀਤੀ ਜਾਊਗੀ, ਨਾ ਹੀ ਕੁੜੀਆਂ ਨੂੰ ਮਾਰਿਆ ਕੁੱਟਿਆ ਤੇ ਤੰਗ ਕੀਤਾ ਜਾਊਗਾ, ਤੇ ਬਹੁਤ ਵੱਡਾ ਸੁਧਾਰ ਸਮਾਜ ਵਿੱਚ ਆਊਗਾ ਤੇ ਪਰਮਾਤਮਾ ਦੀ ਵੀ ਖੁਸ਼ੀ ਮਿਲੂਗੀ। ਸੋ ਮੈਂ ਆਸ ਕਰਦੀ ਹਾਂ ਕਿ ਤੁਸੀਂ ਇਹ ਸੋਚ ਨੂੰ ਆਪਣੇ ਘਰ 'ਚ ਅਪਣਾਓਗੇ ਤੇ ਅੱਗੇ ਤਾਈਂ ਲੈ ਕੇ ਜਾਓਗੇ। ਤੇ ਆਪ ਦੀ ਆਪ ਭੈਣਾਂ ਨੂੰ ਜ਼ਰੂਰ ਕਹਾਂਗੀ ਕਿ ਜਦ ਤੁਸੀਂ ਕਮਾਉਣ ਲੱਗ ਜਾਓਗੇ, ਇੱਕ ਮੇਰੇ ਵੱਲੋਂ ਇੱਕ ਬੇਨਤੀ ਹੈ, ਛੋਟਾ ਜਿਹਾ ਹਿੱਸਾ ਆਪਣੀ ਕਮਾਈ ਤੋਂ ਕੁਛ ਅੱਡ ਰੱਖ ਕੇ ਕਿਸੇ ਹੋਰ ਧੀ ਜਾਂ ਭੈਣ ਦੀ ਮਦਦ ਕਰਨ ਵਾਸਤੇ ਤੁਸੀਂ ਜ਼ਰੂਰ ਯੋਗਦਾਨ ਪਾਓ। ਜਿੰਨੇ ਵੀ ਸੀਮਿਤ ਸਾਡੇ ਸਾਧਨ ਹੁੰਦੇ ਨੇ, ਜਿੰਨੀ ਵੀ ਸਾਡੇ ਘਰ 'ਚ ਭਾਵੇਂ ਗਰੀਬੀ ਹੋਏ,
ਕੋਈ ਹੋਰ ਜ਼ਰੂਰ ਸਾਡੇ ਤੋਂ ਲੋੜਵੰਦ ਹੁੰਦਾ ਹੈ। ਤੁਸੀਂ ਉਸ ਲੋੜਵੰਦ ਨੂੰ ਲੱਭੋ ਤੇ ਆਪਣੀ ਛੋਟੀ ਜਿਹੀ ਕਮਾਈ ਦੇ ਨਾਲ ਭਾਵੇਂ ਕਿਸੇ ਬਜ਼ੁਰਗ ਮਾਤਾ ਦੀ ਦਵਾਈਆਂ ਖਰੀਦ ਦਿਓ, ਉਹਦੇ ਐਨਕਾਂ ਬਣਾ ਦਿਓ, ਜਾਂ ਕਿਸੇ ਗਰੀਬ ਭੈਣ ਦੀ ਬੱਚੀ ਦੇ ਕੱਪੜੇ ਤੁਸੀਂ ਸਿਲ ਦਿਓ ਮੁਫ਼ਤ 'ਚ, ਜਾਂ ਕਿਸੇ ਗਰੀਬ ਬੱਚੀ ਦੇ ਕੋਈ ਸਕੂਲ ਦੀ ਕਿਤਾਬਾਂ ਜਾਂ ਕੋਈ ਚੀਜ਼, ਲੇਕਿਨ ਕਿਸੇ ਹੋਰ ਲੋੜਵੰਦ ਦੀ ਤੁਸੀਂ ਮਦਦ ਕਰਨ ਦਾ ਜ਼ਰੂਰ ਹੈ। ਤੁਸੀਂ ਇਹ ਮੇਰੀ ਬੇਨਤੀ ਤੁਹਾਨੂੰ ਹੈਗੀ ਕਿ ਅੱਜ ਮੈਨੂੰ ਮੌਕਾ ਮਿਲਿਆ ਤੁਹਾਡੀ ਮਦਦ ਕਰਨ ਦਾ, ਤੁਸੀਂ ਗਾਂ ਕਿਸੇ ਹੋਰ ਦੀ ਮਦਦ ਕਰੋ ਤਾਂ ਅਸੀਂ ਇਹੋ ਜਿਹੀ ਇੱਕ ਚੇਨ ਬਣਾਈਏ, ਹਰ ਭੈਣ ਇੱਕ ਦੂਜੇ ਦੀ ਮਦਦ ਕਰਕੇ ਸਾਰਿਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੀਏ ਤੇ ਸਮਾਜ ਵਿੱਚ ਬਹੁਤ ਵੱਡਾ ਸੁਧਾਰ ਆਊਗਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦਾ ਵੀ ਮੈਂ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਪਹੁੰਚੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੇਂਦਰ ਦੀ ਸਰਕਾਰ ਨੇ ਭਾਵੇਂ ਕਿਸਾਨ ਹੋਣ ਭਾਵੇਂ ਗਰੀਬ ਹੋਣ ਬਹੁਤ ਵਧੀਆ ਵਧੀਆ ਸਕੀਮਾਂ ਬਣਾਈਆਂ ਨੇ। ਜਿਵੇਂ ਬਾਦਲ ਸਾਹਿਬ ਨੇ ਵੀ ਭਾਵੇਂ ਤੁਹਾਡੇ ਆਟੇ ਦਾਲ ਦੀ ਸਕੀਮ ਸੀਗੀ, ਭਾਵੇਂ ਤੁਹਾਡੇ ਪੈਨਸ਼ਨ ਸ਼ਗਨ ਦੀ ਸਕੀਮ ਸੀਗੀ, ਇਹ ਸਾਰੀ ਸਹੂਲਤਾਂ ਬਾਦਲ ਸਾਹਿਬ ਨੇ ਗਰੀਬਾਂ ਨੂੰ ਲਾ ਕੇ ਦਿੱਤੀਆਂ ਸਨ। ਲੇਕਿਨ ਅੱਜ ਅਫਸੋਸ ਹੁੰਦਾ ਹੈ ਕਿ ਜਿਹੜੀ ਸਰਕਾਰਾਂ ਨੇ ਇਹਨਾਂ ਸਕੀਮਾਂ ਨੂੰ ਵਧਾਉਣ ਦੇ ਵਾਅਦੇ ਕੀਤੇ ਸੀ ਵੋਟਾਂ ਦੇ ਵੇਲੇ, ਅੱਜ ਵਧਾਉਣਾ ਤਾਂ ਕੀ ਹੈਗਾ, ਜਿਹੜਾ ਕੁਛ ਮਿਲਦਾ ਸੀ ਉਹ ਵੀ ਤੁਹਾਡੇ ਤੋਂ ਹੌਲੀ ਹੌਲੀ ਕਰਕੇ ਖੋਈ ਜਾਂਦੇ ਨੇ ਤੇ ਬਹੁਤ ਸਾਰੀ ਪੈਨਸ਼ਨਾਂ ਕੱਟ ਕੇ ਰੱਦ ਕਰ ਦਿੱਤੀਆਂ ਨੇ, ਬਹੁਤ ਸਾਰੇ ਨੀਲੇ ਕਾਰਡ ਵੀ ਰੱਦ ਕਰ ਦਿੱਤੇ ਨੇ, ਸ਼ਗਨ ਦੇ ਚੈੱਕ ਨਹੀਂ ਆਏ ਹਨ, ਤੇ ਜਿਹੜਾ ਮਿਲਦਾ ਸੀ ਉਹ ਵੀ ਤੁਹਾਡੇ ਤੋਂ ਖੋ ਲਿਆ, ਤੇ ਜਿਹੜਾ ਕੇਂਦਰ ਦੀ ਸਰਕਾਰ ਦਿੰਦੀ ਹੈ ਉਹ ਵੀ ਤੁਹਾਡੇ ਤਾਈਂ ਪਹੁੰਚਣ ਨਹੀਂ ਦਿੰਦੇ। ਉਹਨੇ ਗੱਲ ਜ਼ਿਕਰ ਕਰ ਰਹੇ ਸੀ ਕਿ ਮੋਦੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਫੈਸਲਾ ਕੀਤਾ ਕਿ ਗਰੀਬ ਕਿਸਾਨਾਂ ਨੂੰ ਇੱਕ ਸਨਮਾਨ ਦੇਣ ਵਾਸਤੇ, ਤਾਂ ਕਿ ਛੋਟੇ ਛੋਟੇ ਤੁਹਾਡੇ ਖਰਚਿਆਂ ਵਾਸਤੇ ਤੁਹਾਨੂੰ ਕਿਸੇ ਸਾਹੂਕਾਰ ਜਾਂ ਕਿਸੇ ਆਰਤੀਏ ਦੇ ਕੋਲ ਭੱਜ ਨੱਠ ਕਿਸੇ ਤੋਂ ਪੈਸੇ ਫੜਨ ਦੀ ਲੋੜ ਨਾ ਹੋਏ। ਜਦ ਛੋਟੀ ਜਿਹੀ ਚੀਜ਼ਾਂ ਦੀ ਲੋੜ ਹੁੰਦੀ ਹੈ, ਇੱਕ ਸਨਮਾਨ ਦੇ ਤੌਰ 'ਚ ਤੁਹਾਡੇ ਖਾਤੇ ਵਿੱਚ ਕੇਂਦਰ ਦੀ ਸਰਕਾਰ 6,000 ਰੁਪਏ ਹਰ ਸਾਲ ਜਮ੍ਹਾਂ ਕਰੂਗੀ, ਇੱਕ ਸਾਲ ਵਾਸਤੇ ਨਹੀਂ, 2 ਸਾਲ ਨਹੀਂ, ਲਗਾਤਾਰ ਹਰ ਸਾਲ ਘੱਟ ਤੋਂ ਘੱਟ 6,000 ਰੁਪਏ ਜਿਹੜੇ ਆਉਣ ਵਾਲੇ ਸਮੇਂ ਵਿੱਚ ਇਹਨੂੰ ਦੁੱਗਣਾ ਵੀ ਕੀਤਾ ਜਾਊਗਾ, ਤੇ ਹਰੇਕ ਸਾਲ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿੱਚ 75,000 ਕਰੋੜ ਰੁਪਏ ਕੇਂਦਰ ਦੇ ਖਜ਼ਾਨੇ ਵਿੱਚੋਂ ਸਾਡੇ ਛੋਟੇ ਕਿਸਾਨਾਂ ਦੇ ਖਜ਼ਾਨੇ ਵਿੱਚ ਜਾਣਗੇ। ਇਹ ਬਹੁਤ ਵੱਡਾ ਫੈਸਲਾ ਸੀਗਾ ਤੇ ਸਾਰੇ ਸੂਬਿਆਂ ਨੇ ਆਪਣੇ ਛੋਟੇ ਕਿਸਾਨਾਂ ਦੀ ਲਿਸਟ ਬਣਾ ਕੇ ਉਹਨਾਂ ਦੇ ਖਾਤੇ ਨੰਬਰ ਦੇ ਕੇ, ਕਿਉਂਕਿ ਕੰਪਿਊਟਰ ਦੇ ਰਾਹੀਂ ਕਰਨਾ ਹੁੰਦਾ, ਕਾਗਜ਼ ਵੀ ਭਰ ਕੇ ਨਹੀਂ ਭੇਜਣਾ ਹੁੰਦਾ, ਕੰਪਿਊਟਰ 'ਚ ਫੀਡ ਕਰਨਾ ਹੁੰਦਾ ਤੇ ਸਿੱਧੇ ਮੋਦੀ ਸਾਹਿਬ ਦੇ ਦਫ਼ਤਰ ਵਿੱਚ ਪਹੁੰਚ ਜਾਂਦਾ ਹੈਗਾ। ਤੇ ਪਿਛਲੀ 24 ਤਰੀਕ ਨੂੰ ਜਿਨ੍ਹਾਂ ਜਿਨ੍ਹਾਂ ਦੇ ਸੂਬਿਆਂ ਨੇ ਲਿਸਟਾਂ ਭੇਜ ਦਿੱਤੀਆਂ ਸੀਗੀਆਂ, ਮੋਦੀ ਸਾਹਿਬ ਨੇ ਬਟਨ ਨੱਪ ਕੇ ਉਹਨਾਂ ਸਾਰੇ ਛੋਟੇ ਕਿਸਾਨਾਂ ਦੇ ਖਾਤਿਆਂ ਵਿੱਚੋਂ 6,000 ਰੁਪਏ ਦੀ ਪਹਿਲੀ ਕਿਸ਼ਤ ਭੇਜਣ ਦਾ ਕੰਮ ਕੀਤਾ। ਕਰੋੜਾਂ ਕਿਸਾਨਾਂ ਨੂੰ ਗਈਆਂ ਕਿਸ਼ਤਾਂ, ਲੇਕਿਨ ਮੈਨੂੰ ਬਹੁਤ ਅਫਸੋਸ ਨਾਲ ਦੱਸਣਾ ਪੈਂਦਾ ਹੈ ਕਿ ਸਾਡੇ ਸੂਬੇ ਦੀ ਸਰਕਾਰ ਨੇ, ਇਸ ਕਾਂਗਰਸ ਸਰਕਾਰ ਨੇ ਸਾਡੇ ਗਰੀਬ ਕਿਸਾਨ ਇੱਕ ਦਾ ਵੀ ਨਾਂ ਨਹੀਂ ਭੇਜਿਆ ਤੇ ਇੱਕ ਵੀ ਗਰੀਬ ਕਿਸਾਨ ਨੂੰ ਇਹ ਖਾਤੇ ਵਿੱਚ ਪਹਿਲੀ ਕਿਸ਼ਤ ਨਹੀਂ ਆਈ, ਕਿਉਂਕਿ ਇਸ ਕਾਂਗਰਸ ਸਰਕਾਰ ਨੇ ਕਿਸੇ ਦਾ ਨਾਂ ਹੀ ਨਹੀਂ ਭੇਜਿਆ। ਮੈਨੂੰ ਇਸ ਗੱਲ ਦਾ ਅਫਸੋਸ ਹੁੰਦਾ ਹੈ, ਮੈਨੂੰ ਦੁੱਖ ਹੁੰਦਾ ਹੈ ਕਿ ਅੱਜ ਭਾਵੇਂ ਮਕਾਨਾਂ ਦੀ ਗੱਲ ਕਰੀਏ, ਭਾਵੇਂ ਦੂਜੀ ਸਹੂਲਤਾਂ ਕਰੀਏ, ਜਿਹੜਾ ਕੁਝ ਕੇਂਦਰ ਦੀ ਸਰਕਾਰ ਦੇ ਜਾ ਰਹੀ ਹੈ ਉਹ ਤੁਹਾਡੇ ਤਾਈਂ ਪਹੁੰਚਦਾ ਨਹੀਂ ਹੈਗਾ। ਮੇਰੇ ਵਰਗਾ ਉੱਥੇ ਜਾ ਕੇ ਲੜਦਾ ਹੈ ਕਿ ਸਾਡੇ ਗਰੀਬਾਂ ਵਾਸਤੇ ਦਿਓ, ਉਹਨਾਂ ਦੇ ਹਾਲਾਤ ਔਖੇ ਨੇ, ਸਾਡੇ ਕਿਸਾਨਾਂ ਵਾਸਤੇ ਦਿਓ। ਕੀ ਤੁਹਾਨੂੰ ਪਤਾ ਹੈ ਕਿ ਗਰੀਬ ਦੇ ਘਰ, ਤੁਸੀਂ ਸਾਰੇ ਹੀ ਜਾਣਦੇ ਹੋ, ਜਦ ਕੋਈ ਬਿਮਾਰੀ ਆ ਜਾਂਦੀ ਹੈ ਕਿੰਨੀ ਵੱਡੀ ਔਖਿਆਈ ਹੁੰਦੀ ਹੈ। ਹੁਣ ਕੈਂਸਰ ਵਰਗੀ ਵੱਡੀ ਬਿਮਾਰੀ ਕਿਸੇ ਘਰ 'ਚ ਆ ਜਾਏ, ਸਾਰਾ ਘਰ ਵਿਕ ਜਾਂਦਾ ਹੈ, ਤਾਂ ਵੀ ਨਹੀਂ ਪੈਸੇ ਪੂਰੇ ਹੁੰਦੇ, ਤੇ ਛੋਟੀ ਮੋਟੀ ਬਿਮਾਰੀਆਂ ਦਾ ਵੀ ਇਲਾਜ ਕਰਾਉਣ ਵਾਸਤੇ ਗਰੀਬ ਨੂੰ ਕਿੰਨੀ ਔਖਿਆਈ ਹੁੰਦੀ ਹੈ। ਤੇ ਜਿਵੇਂ ਬਾਦਲ ਸਾਹਿਬ ਨੇ ਉਹ 30,000 ਦਾ ਭਗਤ ਪੂਰਨ ਸਿੰਘ ਤੁਹਾਨੂੰ ਇੱਕ ਕਾਰਡ ਦਿੱਤਾ ਸੀ ਕਿ 30,000 ਤਾਈਂ ਤੁਸੀਂ ਗਰੀਬ ਇਲਾਜ ਕਰਾ ਰਹੇ, ਸਰਕਾਰ ਪੈਸੇ ਭਰੂਗੀ। ਇਹਦੇ ਬਾਰੇ ਜਦ ਮੋਦੀ ਸਾਹਿਬ ਨੂੰ ਮੈਂ ਦੱਸਿਆ, ਉਹਨਾਂ ਨੇ ਇਸ ਸਕੀਮ ਨੂੰ ਅਪਣਾ ਕੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ 5 ਲੱਖ ਦਾ ਕਾਰਡ ਬਣਾਤਾ, 5 ਲੱਖ ਰੁਪਏ ਜਿਹੜਾ 50 ਕਰੋੜ ਲੋਕਾਂ ਨੂੰ ਦਿਆ ਜਾਊਗਾ। ਤਕਰੀਬਨ ਅੱਧੀ ਹਿੰਦੁਸਤਾਨ ਦੀ ਆਬਾਦੀ ਨੂੰ ਇਹ ਗੋਲਡਨ ਕਾਰਡ 5 ਲੱਖ ਵਾਲਾ ਮੋਦੀ ਸਾਹਿਬ ਦੇ ਰਹੇ ਨੇ।
ਤੇ ਇਹ ਸਕੀਮ ਨੂੰ ਲਾਂਚ ਕੀਤੇ ਤਕਰੀਬਨ ਸ਼ੁਰੂ ਕੀਤੇ ਹੋਏ 5-6 ਮਹੀਨੇ ਹੋ ਗਏ। ਲੱਖਾਂ ਲੋਕਾਂ ਨੇ ਇਸ ਗੋਲਡਨ ਕਾਰਡ ਦੇ ਨਾਲ ਆਪਣੀ ਵੱਡੀ ਵੱਡੀ ਬਿਮਾਰੀਆਂ ਦਾ ਆਪਰੇਸ਼ਨ ਵੀ ਕਰਾ ਲਿਆ। ਸਾਡੇ ਗਵਾਂਢ ਦੇ ਜਿੰਨੇ ਸੂਬੇ ਨੇ, ਹਿਮਾਚਲ, ਹਰਿਆਣਾ, ਰਾਜਸਥਾਨ, ਸਾਰਿਆਂ ਨੇ ਆਪਣੇ ਲੋਕਾਂ ਦੇ ਵਿੱਚ ਵੰਡਤਾ। ਲੇਕਿਨ ਤੁਹਾਨੂੰ ਸੁਣ ਕੇ ਦੁੱਖ ਹੋਊਗਾ ਕਿ ਇਸ ਨਿਕੰਮੀ ਕਾਂਗਰਸ ਸਰਕਾਰ ਨੇ 6 ਮਹੀਨਿਆਂ ਵਿੱਚ 1 ਵੀ ਗਰੀਬ ਨੂੰ ਇਹ 5 ਲੱਖ ਵਾਲਾ ਗੋਲਡਨ ਕਾਰਡ ਨਹੀਂ ਦਿੱਤਾ ਤਾਂ ਕਿ ਸਾਡੇ ਗਰੀਬਾਂ ਦਾ ਵੀ ਕੋਈ ਸੁਧਾਰ ਹੋ ਸਕੇ। ਸੋ ਮੈਨੂੰ ਇਸ ਗੱਲ ਦਾ ਬੇਅੰਤ ਦੁੱਖ ਹੁੰਦਾ ਕਿ ਭਾਵੇਂ ਗਰੀਬਾਂ ਦੇ ਮਕਾਨਾਂ ਦੇ ਚੈੱਕ ਆਉਂਦੇ ਉਹ ਤੁਹਾਡੇ ਤਾਂ ਨਹੀਂ ਪਹੁੰਚਦੇ, ਜਿਹੜੀ ਚੀਜ਼ਾਂ ਕੇਂਦਰ ਮੁਫਤ 'ਚ ਭੇਜਦੀ ਉਹ ਵੀ ਇਹ ਸਰਕਾਰ ਤੁਹਾਡੇ ਤਾਂ ਨਹੀਂ ਪਹੁੰਚਦੀ। ਲੇਕਿਨ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਹਾਂ, 2 ਸਾਲ ਤੁਸੀਂ ਔਖੇ ਸੌਖੇ ਹੋ ਕੇ ਕੱਟਤਾ, 2 ਸਾਲ ਆਈ ਹੋਰ ਟੱਪ ਜਾਣਗੇ। ਮੈਨੂੰ ਪੂਰਾ ਭਰੋਸਾ ਹੈ ਮੁੜ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਲੈ ਕੇ ਆਓਗੇ ਤੇ ਮਾਨ ਨਾਲ ਵਿਸ਼ਵਾਸ ਨਾਲ ਦੱਸ ਸਕਦੀ ਹਾਂ ਜਿਹੜੀ ਸਹੂਲਤਾਂ ਇਸ ਸਰਕਾਰ ਨੇ ਕੱਟੀਆਂ ਨੇ ਉਹ ਸਾਰੀ ਸਹੂਲਤਾਂ ਇੱਕ ਵਾਰ ਫੇਰ ਸਾਰਿਆਂ ਨੂੰ ਬਰਕਰਾਰ ਕਰਾਂਗੇ, ਉਸ ਤੋਂ ਵੀ ਵੱਧ ਤੁਹਾਨੂੰ ਦਵਾਂਗੇ। ਤੇ ਕੇਂਦਰ ਵਿੱਚ ਆਪਣੀ ਸਰਕਾਰ ਤੁਸੀਂ ਦੁਬਾਰਾ ਜ਼ਰੂਰ ਬਣਾਓਗੇ ਤੇ ਉਸ ਕੇਂਦਰ ਦੀ ਸਰਕਾਰ ਦੇ ਵੱਡੇ ਖਜ਼ਾਨੇ ਤੋਂ ਇਸ ਤੋਂ ਦੁੱਗਣੇ ਵੱਡੇ ਗੱਫੇ ਲਾ ਕੇ ਆਪਣੇ ਲੋਕਾਂ ਤਾਈਂ ਅਸੀਂ ਪਹੁੰਚਾਉਣ ਦਾ ਕੰਮ ਕਰਾਂਗੇ। ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਮੈਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਨੰਨੀ ਛਾ ਦੀ ਮੁਹਿੰਮ ਨੂੰ ਅੱਗੇ ਲਿਜਾਣ ਵਾਸਤੇ ਵੀ ਆਪਣਾ ਪੂਰਾ ਪੂਰਾ ਹਮਲਾ ਮਾਰੋਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।